ਦੁਨੀਆ ਭਰ ਦੇ ਵਿੱਚ ਤਕਨੀਕ ਇੰਨੀ ਕੁ ਵਿਕਸਿਤ ਹੋ ਗਈ ਹੈ ਕਿ ਹਰ ਕੰਮ ਆਨਲਾਈਨ ਹੋਣ ਲੱਗਿਆ ਤੇ ਜਦੋਂ ਬਾਕੀ ਸਾਰੇ ਕੰਮ ਆਨਲਾਈਨ ਹੋਣ ਲੱਗ ਪਏ ਨੇ ਤਾਂ ਫਿਰ ਰਿਸ਼ਵਤ ਲੈਣ ਵਾਲੇ ਵੀ ਕਿਉਂ ਪਿੱਛੇ ਰਹਿਣ ਪੰਜਾਬ ਚ ਵੀ ਪਤਾ ਲੱਗਿਆ ਹੈ ਕਿ ਵੱਡੀ ਲੈਣ ਦਾ ਕੰਮ ਹਾਈ ਟੈਕ ਹੋ ਗਿਆ ਹੈ ਵਿਜੀਲੈਂਸ ਦੀ ਤਾਜ਼ਾ ਤਫਤੀਸ਼ ਦੇ ਮੁਤਾਬਿਕ ਰਿਸ਼ਵਤਖੋਰ ਅਫਸਰਾਂ ਤੇ ਮੁਲਾਜ਼ਮਾਂ ਨੇ ਰਿਸ਼ਵਤ ਦੇ ਨਵੇਂ ਤੌਰ ਤਰੀਕਿਆਂ ਤੋਂ ਪੂਰਾ ਲਾਹਾ ਲੈਣਾ ਸ਼ੁਰੂ ਕਰ ਦਿੱਤਾ ਹੈ ਗੂਗਲ ਪੇ ਤੇ ਹੋਰ ਸਾਧਨਾਂ ਰਾਹੀਂ ਰਿਸ਼ਵਤ ਲਈ ਜਾ ਰਹੀ ਹੈ 11 ਮਾਮਲੇ ਹੁਣ ਤੱਕ ਦਰਜ ਵੀ ਹੋ ਚੁੱਕੇ ਨੇ ਸਰਕਾਰੀ ਦਫ਼ਤਰਾਂ ਦੇ ਵਿੱਚ ਕੰਮਕਾਜ ਲਈ ਆਉਣ ਵਾਲੀ ਜਨਤਾ ਦੇ ਕੋਲ ਜੇ ਨਕਦੀ ਦੀ ਕਮੀ ਹੋਵੇ ਤਾਂ ਭ੍ਰਿਸ਼ਟਾਚਾਰ ਦਾ ਲੈਣ ਦੇਣ ਆਨਲਾਈਨ ਗੂਗਲ ਪੇ ਪੇਟੀਐਮ ਵਰਗੇ ਸਾਧਨਾਂ ਰਾਹੀਂ ਹੋ ਰਿਹਾ ਹੈ ਵਿਜੀਲੈਂਸ ਬਿਊਰੋ ਨੇ ਬੀਤੇ ਸਵਾ ਕੁ ਸਾਲ ਦੇ ਵਿੱਚ 11 ਅਜਿਹੇ ਮਾਮਲੇ ਦਰਜ ਕੀਤੇ ਨੇ ਜਿੱਥੇ ਅਫਸਰਾਂ ਜਾਂ ਮੁਲਾਜ਼ਮਾਂ ਨੇ ਨਕਦੀ ਦੀ ਥਾਂ ਗੁੱਲ ਪੇਰਾ ਹੀ ਆਪਣੇ ਜਾਂ ਆਪਣੇ ਕਿਸੇ ਕਰੀਬੀ ਦੇ ਕਾਮਕਾਰ ਕਢਵਾਉਣ ਵਾਲੇ ਵਿਅਕਤੀ ਦੇ ਬੈਂਕ ਖਾਤੇ ਵਿੱਚੋਂ ਰਿਸ਼ਵਤ ਦੇ ਪੈਸੇ ਸਿੱਧਾ ਬੈਂਕ ਖਾਤੇ ਵਿੱਚ ਹੀ ਲੈ ਲੈ ਤਾਜ਼ਾ ਮਾਮਲਾ ਅਗਸਤ ਮਹੀਨੇ ਦਾ ਯਾਨੀ ਕਿ ਲੰਘੇ ਮਹੀਨੇ ਦਾ ਜਦੋਂ ਸਿਕੰਦਰ ਖਾਨ ਨਾਂ ਦੇ ਵਿਅਕਤੀ ਨੇ ਵਿਆਹ ਦੇ ਰਜਿਸਟ੍ਰੇਸ਼ਨ ਸਰਟੀਫਿਕੇਟ ਵਿਦ ਦੇ ਵਿੱਚ ਨਾਮ ਦੀ ਦਰਸਤੀ ਲਈ ਮਲੇਰਕੋਟਲਾ ਦੇ ਸੇਵਾ ਕੇਂਦਰ ਤੱਕ ਪਹੁੰਚ ਕੀਤੀ ਤਾਂ ਸਰਕਾਰੀ ਮੁਲਾਜ਼ਮ ਮੰਗਲਦੀਪ ਸਿੰਘ ਨੇ 7500 ਰੁਪਏ Google Pay ਰਾਹੀਂ ਆਪਣੇ ਖਾਤੇ ਵਿੱਚ ਤਬਦੀਲ ਕਰਾ ਲਏ ਹਾਲਾਂਕਿ ਵਿਅਕਤੀ 4000 ਰੁਪਏ ਦ रिश्वत ਲੈੰਦਾ ਰੰਗੀ ਹੱਥੀ ਵੀ ਫੜਿਆ ਗਿਆ ਸੀ ਇਸ ਤੋਂ ਪਹਿਲਾਂ ਪੀਐਸਪੀਸੀਐਲ ਦੇ ਇੱਕ ਐਸਿਡਿਓ ਦੇ ਵੱਲੋਂ 34000 ਰੁਪਏ ਦ रिश्वत Google Pay ਰਾਹੀਂ ਹਾਸਲ ਕਰਨ ਦੇ ਤੱਥ ਵੀ ਵਿਜੀਲੈਂਸ ਨੇ ਕੱਢ ਕੇ ਲਿਆਂਦੇ ਸਨ ਤੇ ਲੁਧਿਆਣਾ ਵਾਸੀ ਲੋਕੇਸ਼ ਮੋਦੀ ਨੇ ਬਿਜਲੀ ਕਨੈਕਸ਼ਨ ਨਾ ਕੱਟਣ ਦੇ ਲਈ 5000 ਰੁਪਏ ਦੀ ਰਿਸ਼ਵਤ ਜਦੋਂ ਐਸਡੀਓ ਨੂੰ ਦਿੱਤੀ ਤਾਂ ਵਿਜੀਲੈਂਸ ਨੇ ਪਾਵਰਕਾਮ ਦੇ ਸਦਹਕਾਰੀ ਨੂੰ ਰੰਗੇ ਹੱਥੀ ਕਾਬੂ ਕਰ ਲਿਆ ਉਸ ਤੋਂ ਬਾਅਦ 34000 ਰੁਪਏ ਸਿੱਧੇ ਖਾਤੇ ਵਿੱਚ ਤਬਦੀਲ ਕਰਨ ਦੇ ਤੱਥ ਮਿਲ ਗਏ ਇਸੇ ਤਰ੍ਹਾਂ ਹੋਰ ਵੀ ਕਈ ਥਾਵਾਂ ਤੋਂ ਅਜਿਹੀਆਂ ਜਿਹੜੀਆਂ ਖਬਰਾਂ ਨੇ ਉਹ ਸਾਹਮਣੇ ਆਈਆਂ ਨੇ ਸਬੂਤਾ ਸਮੇਤ ਪਤਾ ਲੱਗਿਆ ਕਿਉਂਕਿ ਜਦੋਂ ਤੁਸੀਂ ਆਨਲਾਈਨ ਪੈਸੇ ਕਿਸੇ ਤੋਂ ਲਾਉਂਗੇ ਤੁਹਾਡੇ ਬੈਂਕ ਖਾਤੇ 'ਚੋਂ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਤੁਹਾਡੇ ਖਿਲਾਫ ਸਬੂਤ ਮਿਲ ਜਾਂਦਾ ਹੈ ਕਿ ਤੁਸੀਂ ਕਿੱਥੋਂ ਤੇ ਕਿੰਨੇ ਪੈਸੇ ਲਏ ਨੇ ਪੰਜਾਬ ਪੁਲਿਸ ਵੀ ਘੱਟ ਨਹੀਂ ਹੈ ਫਾਜ਼ਿਲਕਾ ਦੇ ਵਿੱਚ ਏਐਸਆਈ ਕ੍ਰਿਸ਼ਨ ਲਾਲ ਤੇ ਸਪਾਹੀ ਰਾਜਕੁਮਾਰ ਨੇ ਔਰਤ ਦੇ ਏਜੰਸੀ ਸੋਸ਼ਣ ਦੀ ਸ਼ਿਕਾਇਤ ਦੇ ਮਾਮਲੇ 'ਚ ਸਮਝੌਤਾ ਕਰਾਉਣ ਲਈ 15000 ਰੁਪਏ ਵੀ Google Pay ਰਾਹੀਂ ਲਏ ਬਰਨਾਲਾ ਦੇ ਵਿੱਚ ਇੱਕ ਪਟਵਾਰੀ ਨੇ 5000 ਰੁਪਏ Google Pay ਰਾਹੀਂ ਲਏ ਤੇ ਫਿਰ 5000 ਰੁਪਏ PhonePe ਰਾਹੀਂ ਲਏ ਸੋ ਇਹ ਜੀਆਂ ਬਹੁਤ ਸਾਰੀਆਂ ਸ਼ਿਕਾਇਤਾਂ ਨੇ ਜਿਹੜੀਆਂ ਵਿਜੀਲੈਂਸ ਨੂੰ ਮਿਲੀਆਂ ਨੇ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਜਿਹੜੇ ਸਰਕਾਰੀ ਮੁਲਾਜ਼ਮ ਤੇ ਅਧਿਕਾਰੀ ਰਿਸ਼ਵਤ ਲੈਂਦੇ ਨੇ ਉਹ ਸੰਕੋਚ ਨਹੀਂ ਕਰਦੇ ਤੇ ਨਾ ਹੀ ਦੇਰੀ ਕਰਦੇ ਨੇ ਜੇ ਕੋਈ ਕੰਮ ਕਰਵਾਉਣ ਆਇਆ ਉਸਨੇ ਕਿਹਾ ਕਿ ਅਸੀਂ ਆਨਲਾਈਨ ਪੇਮੈਂਟ ਕਰ ਦਿੰਨੇ ਆ ਤਾਂ ਤੁਰੰਤ ਹਾਂ ਕਰ ਦਿੰਦੇ ਨੇ ਜਿਹਦੇ ਨਾਲ ਰਿਸ਼ਵਤ ਖੋਰੀ ਦਾ ਪੱਕਾ ਸਬੂਤ ਵਿਜੀਲੈਂਸ ਦੇ ਹੱਥ ਵਿੱਚ ਆ ਜਾਂਦਾ ਹੈ ਤੇ ਲਾਲਚੀ ਅਫਸਰ ਤੇ ਮੁਲਾਜ਼ਮ ਕੜਿੱਕੀ ਵਿੱਚ ਫਸ ਜਾਂਦੇ ਨੇ ਪੰਜਾਬ ਕਾਂਗਰਸ ਨੇ ਕੱਲ ਮੋਗਾ ਜ਼ਿਲ੍ਹੇ ਦੇ ਵਿੱਚ ਨਸ਼ਿਆਂ ਖਿਲਾਫ ਸੂਬਾ ਪੱਧਰੀ ਰੈਲੀ ਕੀਤੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦੋਸ਼ ਲਾਇਆ ਕਿ ਅਕਾਲੀਆਂ ਨੇ ਆਪਣੀ ਸਰਕਾਰ ਵਿੱਚ ਸੂਬੇ 'ਚ ਨਸ਼ੇ ਲੈ ਕੇ ਆਂਦੇ ਤੇ ਆਮ ਆਦਮੀ ਪਾਰਟੀ ਦੇ ਰਾਜ ਦੌਰਾਨ ਨਸ਼ੇ ਵਧ ਗਏ ਤੇ ਇਹ ਬਿਆਨ ਸੁਣ ਕੇ ਲੋਕ ਜ਼ਰੂਰ ਸੋਚਦੇ ਹੋਣਗੇ ਕਿ ਵਿਚ ਵਿਚਾਲੇ ਜਿਹੜੀ ਕਾਂਗਰਸ ਸਰਕਾਰ ਆਈ ਸੀ ਉਦੋਂ ਫਿਰ ਨਸ਼ਿਆਂ ਦਾ ਕੀ ਹਾਲ ਰਹਾ ਅਕਾਲੀਆਂ ਨੇ ਨਸ਼ੇ ਲਿਆਂਦੇ ਆਪ ਸਰਕਾਰ ਦੌਰਾਨ ਵਧੇ ਤੇ ਵਿਚ ਵਿਚਾਲੇ ਜਿਹੜਾ ਸਮਾਂ ਸੀ ਉਦੋਂ ਨਸ਼ੇ ਕਿੱਧਰ ਚਲੇ ਗਏ ਕੀ ਉਦੋਂ ਨਸ਼ੇ ਦੇ ਨਾਲ ਨੌਜਵਾਨਾਂ ਦੀਆਂ ਮੌਤਾਂ ਨਹੀਂ ਹੋਈਆਂ ਵੜਿੰਗ ਨੇ ਕਿਹਾ ਕਿ ਔਰਤਾ ਵੀ ਨਸ਼ਾ ਤਸਕਰੀ ਸ਼ਾਮਲ ਨੇ ਗਲੀਆਂ ਦੇ ਵਿੱਚ ਨਸ਼ਾ ਵੇਕਨ ਦੀਆਂ ਵੀਡੀਓ ਰੋਜ਼ਾਨਾ ਵਾਇਰਲ ਹੋ ਰਹੀਆਂ ਨੇ ਤੇ ਸੂਬਾ ਸਰਕਾਰ ਦੀ ਨਾਕਾਮੀ ਕਰਕੇ ਹੀ ਨਸ਼ਾ ਤਸਕਰ ਸੂਬੇ ਦੇ ਵਿੱਚ ਵੱਧ ਰਹੇ ਨੇ ਬੜਿੰਗ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਸੂਬਾ ਸਰਕਾਰ ਨੇ ਨਸ਼ਾ ਦੇ ਸਤਦਾਗਰਾਂ ਖਿਲਾਫ ਸਖਤ ਕਾਰਵਾਈ ਨਾ ਕੀਤੀ ਤੇ ਨੌਜਵਾਨਾਂ ਨੂੰ ਬਚਾਉਣ ਲਈ ਤੁਰੰਤ ਕੋਈ ਠੋਸ ਉਪਰਾਲੇ ਨਾ ਕੀਤੇ ਤਾਂ ਪੰਜਾਬ ਕਾਂਗਰਸ ਸੰਘਰਸ਼ ਆਪਣਾ ਜਾਰੀ ਰੱਖੇਗੀ ਰਾਜਾ ਵਿਡਿੰਗ ਨੇ ਆਪਣੀ ਪਾਰਟੀ ਦੇ ਵਰਕਰਾਂ ਨੂੰ ਵੀ ਨਸ਼ਾ ਤਸਕਰਾਂ ਨੂੰ geke ਰਣ ਦੀ ਅਪੀਲ ਕੀਤੀ। ਇਸ ਮੌਕੇ ਕਾਂਗਰਸ ਦੇ ਸੀਨੀਅਰ ਲੀਡਰ ਪ੍ਰਤਾਪ ਸਿੰਘ ਬਾਜਵਾ ਅਤੇ ਸੁਖਪਾਲ ਸਿੰਘ ਖਹਿਰਾਸਣੇ ਹੋਰ ਵੀ ਕਈ ਵੱਡੇ ਲੀਡਰ ਪਹੁੰਚੇ ਹੋਏ ਸਨ। ਪ੍ਰਤਾਪ ਸਿੰਘ ਬਾਜਵਾ ਨੇ ਜਿੱਥੇ ਨਸ਼ਿਆਂ ਦੇ ਖਿਲਾਫ 호ਕਾ ਦਿੱਤਾ ਉੱਥੇ ਹੀ ਪੰਜਾਬ ਦੇ ਵਿੱਚ ਕਾਂਗਰਸ ਦੇ ਆਪ ਗੱਠਜੋੜ ਬਾਰੇ ਵੀ ਬਿਆਨ ਦਿੱਤਾ। ਆਪਣੀ ਪਾਰਟੀ ਦੇ ਐਮਪੀ ਰਵਨੀਤ ਸਿੰਘ ਬਿੱਟੂ ਨੂੰ ਨਿਸ਼ਾਨੇ ਤੇ ਲਿਆ ਹਾਲਾਂਕਿ ਨਾਮ ਤਾਂ ਬਿੱਟੂ ਦਾ ਨਹੀਂ ਲਿਆ। ਕਹਿੰਦੇ ਜੇ ਕੋਈ ਕਾਲਾ ਹੈ ਤਾਂ ਛੇਤੀ ਟਿਕਟ ਲੈ ਕੇ ਉਹ ਸੰਸਦ ਮੈਂਬਰ ਬਣ ਜਾਵੇ। ਉਹਨਾਂ ਇਲਾਨ ਕੀਤਾ ਕਿ ਸਾਡੀ ਪਾਰਟੀ ਦਾ ਪੰਜਾਬ ਦੇ ਵਿੱਚ ਆਪ ਪਾਰਟੀ ਨਾਲ ਕੋਈ ਗੱਠਜੋੜ ਨਹੀਂ ਹੋਵੇਗਾ